ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਲਓ ਜੀ ਬਾਈ ਪਹੁੰਚੇ ਵੇ ਹਨੀ ਦਾ ਦੇ ਹਨੀ ਦੇ ਡੈਡੀ ਦੀ ਰਿਟਾਇਰਮੈਂਟ ਆ। ਰਿਟਾਇਰਮੈਂਟ ਏ ਆ ਮੈਂ ਕਿਤੇ ਰਿਟਾਇਰਮੈਂਟ ਆ ਬਾਈ ਪਹੁੰਚੇ ਵੇ ਬੱਕੀ ਹਨੀ ਰਹੀ ਹੁਣ ਮਹਾਰਾਜ ਦੀ ਬੀਟ ਛੱਡਣ ਗਏ ਵੇ ਗੁਰਦੁਆਰਾ ਸਾਹਿਬ ਭੋਗ ਪਹਿਲੇ ਬਾਈ ਹੁਣ ਲੱਗੇ ਵੇ ਢੋਲਕੀਆਂ ਸੀਗਾ ਬਾਈ ਸਾਰਿਆਂ ਨੂੰ। ਇਹ ਮੁੰਡਾ ਭੈਣੀ ਦਾ ਜੀ ਤੁਸੀਂ ਹੀਰਾ 852 ਦਰਸ਼ਨ ਪਾਏ ਹੋਣੇ ਬੰਟੀ ਦੇ बंदे कठे करने घर ते बलोड़े सोके नी भाई निकलते बंटी पता कटे औखे वे दिन जमी बंदे मुक जाते फिर गगे नूं फोन करना पैंदा गगे भाई आ जा हुण तां औखा वेला आ गया लगनी देखी जंबे नहीं उत्थे ही लगदी तीन बैंड तां नहीं आउंदे ओखमे वे लगनी बिच जीदी फोटो जुरे दी जुरा इल्स कर देना ना जुरा इत्थे कर तू नहीं मुकर किन्ने बैंड आ लगनी है आइल 4.5 अजे किथे बैंड आए है आइलेट्स हुंदी क्या आइल्स हुंदी आइल्स कैप्टन भेज रहे भाई ने बंदे घट कट लड़े घर भेजी है बंदे सियान लड़े जेड़े मार गए पे बस टीम तैयार है कनाडा जाके टीम तो तैयार हो जानी और भी अपने आले दुआले पिंडा दे मुंडे गए भी है हां हुण यही चीज दी सप्लाई चलदी थी भी तै बंदे की यार हुण इंग्लैंड दी टीम है की न्यूजीलैंड दी है की कनाडा दी टीम नहीं कनाडा दी हुण क्रिकेट दी टीम है नहीं है प्लेयर वधिया नहीं है मैनूं जाना ओए ओ नाम मात्र वाली ओ होई ਟੀਮ ਹੈਗੀ ਜੋਰੇ ਆ ਕੇ ਹੁਣ ਤਰਤਰਾਸ਼ਣੇ ਆ ਹੀਰੇ ਮੰਗ ਨਹੀਂ ਤਰਾਸ਼ਣੇ ਨਹੀਂ ਉਹਨਾਂ ਨੂੰ ਅਸਲ ਚ ਰਾਹ ਦਿਖਾਉਣੇ ਆ ਮੈਂ ਵੀ ਜਾਣਾ ਹੀ ਨਹੀਂ ਹੈਗਾ ਕੈਪਟਨ ਮਿਲਿਆ ਉਹ ਕੈਪਟਨ ਦੇ ਦੇਣਾ ਸੀ ਕੈਨੇਡਾ ਨੂੰ ਇਹ ਜਾਣਾ ਹੀ ਨਹੀਂ ਕਹਦੇ ਸੀ ਹੋਰ ਕੇ ਜੀ ਕੋਚ ਸਾਹਿਬ ਆਪ ਅੱਗੇ ਹੋਣਗੇ ਦੇਖੀ ਕੋਚ ਸਾਹਿਬ ਆਪ ਅੱਗੇ ਹੋਣਗੇ ਹੈ ਯਾਰ ਨਹੀਂ ਨਹੀਂ ਬਾਕੀ ਇੱਕ ਹੋਰ ਹੈ ਜੋਰੇ ਦੀ ਅਸੀਂ ਅਗਵਾਈ ਚਲੇ ਤਾਂ ਕੱਪ ਤਾਂ ਕੋਈ ਜਿੱਤੇ ਨਹੀਂ ਸਾਲਾ ਪੰਜ ਕੱਪ ਜਿੱਤੇ ਸੀ ਪੰਜ ਤੇਰੀ ਅਗਵਾਈ ਹਾਂ चल मैं ही नहीं खेले भी नहीं है ऐसा दो टूर्नामेंट मैं खेले असल च पता क्या था सब काम कर फस गए पहला बिल्ले दे हुंदे पहला चलते रहिंदे थे जिद्दर दो टूर्नामेंट मैं खेले जोरे ने बुझला दी घुब घो जिथे मर्जी टूर्नामेंट खेले जी आके बाडले गुरदे रोटी खांदे पहला जद तक टूर्नामेंट बहुत जिते फिर शाम जितते इधर बिले वाली साइड दो दिन च दो दो कप जिते फिरोजपुर रात चमकौर समराले चंद पटकाले जीते धनौले जीते नाइट जगे सट बजी थी शनिवार एतवार शनिवार एतवार टाइम पास गेम रही बस छुट्टी वाले दिन टाइम पास ओनली एंजॉय चिल करने वास्ते हुण तां प्लस वेट ले भी शाम तक क्रिकेट ही चलदी हुंदी सी क्रिकेट ही क्रिकेट हुण नहीं खेलदे सारे कम्मां करदे घर ते डंडे नाल ही लेके जाए करदे थे ग्राउंड चों टुब्बे पर ते वी घर नूं आ जी बथेरे अगे टूरनामेंट भी कोई नहीं छड्डदा जिथे मर्जी चले बैठे दे रोपड़ दी मैं दहशती पूरी जोरे ते पुछ लैं मैच नहीं पाउणा टाइम टाइम दी गल है समां बदल गया पता क्या
ਹੁਣ ਉਮਰ ਹੋ ਗਈ ਨਹੀਂ ਨਵੇਂ ਮੁੰਡੇ ਵੀ ਦਿਹਾੜੀ ਕਰੀ ਅਗਰ ਕੋਕਾ ਕਹਿੰਦੇ ਦੇਖ ਲਾ ਉਹ ਜਿੱਤੇ ਅਗਲਾ ਕਹਿੰਦਾ ਯਾਰ ਕਿਤੇ ਲੱਗੀ ਏ ਤੂੰ ਵੀ ਐ ਹੋ ਤੂੰ ਵੀ ਤੇ ਉਮਰ ਹੈਗੀ ਹਲੇ ਖੇਲਣ ਦੀ ਜਾਂ ਤੂੰ ਵੀ ਉਮਰ ਤੱਕ ਪਾਰ ਹੋ ਗਿਆ ਤੇ ਵੀ ਕੰਮ ਕਰਾਂ ਕੋਈ ਗੰਗਾ ਦਾ ਉਹ ਜਿਹੜਾ ਥੋੜੇ ਥੋਤਾ ਬੋਤੇ ਬੋਤੇ ਵਾਲੀ ਕੰਮ ਹੋਵੇਗਾ ਅੱਗੇ ਦਾ ਜਾਂ ਚੱਕਰ ਪਤਾ ਗੱਲ ਦਾ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਉਹ ਚੱਕਰ ਤਾਂ ਪਤਾ ਬਾਈ ਕੀ ਚੱਕਰ ਕੋਈ ਚੱਕਰ ਨਹੀਂ ਬਾਈ ਠੀਕ ਹੈ ਜੀ ਬਸ ਆਹੀ ਤਾਂ ਬਾਕੀ ਜੋਰ ਆ ਰਿਹਾ ਬਾਈ ਕੈਨੇਡਾ ਵਾਲੇ ਤਿਆਰ ਰਹੋ ਆਪਣੀਆਂ ਪੈੜਾ ਪੂੜਾ ਕੱਸ ਲਓ ਮੈਂ ਨਹੀਂ ਵੀਰੇ ਜਾ ਰਿਹਾ ਠੀਕ ਆ ਪ੍ਰੈਕਟਿਸ ਕਰ ਲਓ ਤੁਹਾਡੀ ਟੀਮ ਬਣ ਰਹੀ ਆ तेरे यार नूता बिलो कोई चक्कर नहीं कोई चक्कर नहीं ठंडा जा हो गया मौसम हवा चल पी बहुत दम टुटिया ਉਹ ਵੀ ਬਹੁਤ ਆ ਯਾਰ ਮਾਸੜ ਸ਼ਰਤ ਤੇ ਮਾਰਾ ਦੇਖ ਲੈ ਲੱਦਣ ਲੱਗ ਗਿਆ ਟਰਾਲੇ 'ਚ ਉਹ ਦੇਖੋ ਬਾਈ ਉਹ ਦੇਖੋ ਹਾਂ ਲਓ ਬਈ ਸਾਰਾ ਬਹੁਤ ਤਕੜੀ ਆ ਬਹੁਤ ਤਕੜੀ ਸਰ ਹੁੰਦੀ ਉਹੀਓ ਲੱਗਦੀ ਆ ਇਹ ਹੈ ਉਹੀਓ ਲੱਗਦੀ ਦੀ ਨਾ ਤੇਰੀ ਵੀ ਵਧਾਈ ਪਰ ਹੁਣ ਉਹਨੂੰ ਵੱਢਦੇ ਮੈਂ ਕਰ ਲੈ ਭਈਏ ਕਿਹੜੇ ਆਪਣੇ ਆਂ ਕਹਿਤਾ ਕਹਿਤ ਕਾਹ ਤੇ ਵੱਢਣੀ ਆ ਮੈਂ ਕਰਾਂ ਵੀ ਇਹ 2 ਤਰੀਕ ਦੇ ਬਾਅਦ ਵੱਡਾ ਨਹੀਂ ਨਹੀਂ ਵੜਾ ਦੇ ਚੜ ਜਣੀ ਚੜ ਦਣਾ ਜੇ ਝੋਲ ਜਮਕਣ ਲੱਗ ਗਈ ਆ ਵੀ ਹੁਣ ਚੜ ਗਈ ਵਿੱਚ ਹੀ ਆ ਵਿੱਚ ਸਰ ਲੇਟ ਹੋ ਗਈ ਥੋੜੀ ਸਾਡੀ ਵਿਕਰਾਦ ਮਾ ਹਾਂ ਉਹਨੇ ਕਦੇ ਦਿਨ ਚ ਪੜਾ ਦੇ ਸਰ ਮੈਂ ਤਾਂ ਮੀਂਹ ਮੀਂਹ ਕਰ ਕੱਤੀਆਂ ਦਾ ਮੀਂਹ ਤਾਂ ਲੰਘ ਗਿਆ ਗਾਹ 5-6 ਤਰੀਕ ਨੂੰ ਲੱਗਿਆ ਤਾਂ ਹੁਣ ਤੂੰ ਆਪਣਾ ਵੀ ਪੱਗ ਗਿਆ ਹੈ ਹਾਂ ਆਓ ਵਡਾਉਣਾ ਏ ਹੁਣ ਵੀ ਕਰਦਾ ਉਹਨਾਂ ਗੱਲ ਇੱਥੇ ਵੱਢਣੀ ਚਾਹੀਦੀ ਆ ਫਿਰ ਝੜਦੀ ਏ ਜਿਆਦਾ ਹੋ ਸਾਡੇ ਵਾਲੀ ਝੜਦੀ ਹੁਣ ਵੀ ਝੜਦੀ ਆ ਵਿੱਚੇ ਜਾਂ ਖਿੱਚਦੇ ਆ ਡੱਕਾ ਫਿਰ ਖਿੱਚਦਾ ਪੈਂਦਾ ਨਾ ਹਾਂ ਫੜੀ ਫਸੀ ਵੀ ਆ ਫੜੀ ਫਸੀ ਵੀ ਝੜਦੀ ਫੜੀ ਫਸੀ ਵੀ ਆ ਬਾਈ ਝੜਦੀ ਆ ਸਾਰੇ ਸਵਾਗਾ ਮਾਰਤਾ ਤਿਆਰੀ ਕਰਕੇ ਗੁੰਝੇ ਦੱਬ ਕੇ ਰੇ ਪਾ ਕੇ ਬੱਟਾਂ ਸਵਾਗਾ ਮਾਰੇ ਬੱਟ ਦਾ ਵਾਧਵਾ ਪਾਉਣੀ ਆ ਹਲੇ ਸਵਾਗਾ ਮਾਰਨਾ ਇੱਕ ਵਾਰ ਸਵਾਗਾ ਹੋਰ ਮਾਰਨਾ ਅੱਛਾ ਇੱਕ ਵਾਰ ਮਾਰਿਆ ਅੰਦਾ ਬਾਜੇ ਮੀਂਹ ਪੈ ਗਿਆ ਫਿਰ ਇੱਕ ਵਾਰ ਮਾਰ ਕੇ ਕੰਡੀ ਭਾਂਦੀ ਅੱਛੀ ਸਾਰੀ ਦੱਬਿਆ ਦੇਖੋ ਠੀਕ ਹੈ ਠੀਕ ਹੈ ਉਹ ਕਣਕਾਂ ਦੇਖ ਲੈ ਰੰਗ ਦਿਨਾਂ 'ਚ ਬਦਲ ਗਿਆ ਨਾ ਜੜਾਂ ਹਿੱਲੀਆਂ ਵੀ ਇਹੋ ਜੀਆਂ ਸਾਰੇ ਹੀ ਬਦਲ ਗਿਆ ਬਈ ਫੇਰ ਬੱਦਲ ਬਾਈ ਜੀ ਹੋਈ ਐ ਵੀ ਹੋ ਗਿਆ ਹੁਣ ਯਾਰ ਉਹ ਚੱਲਦੀ ਭੱਜਵਾ ਯਾਰ ਕੁਝ ਨਹੀਂ ਪਤਾ ਜੱਜੇ ਜਾਵੇ ਉਸ ਨਹੀਂ ਪਤਾ ਇਹ ਚੰਗਾ ਇਲਾਕੇ ਤੇ ਲਾ ਕੇ ਦੋ ਸਾਰੇ ਕਹਿੰਦੇ ਆ ਭਾਈ ਚੰਗੇ ਬਾਤੀ ਆ ਪਰ ਉਹ ਇਹਦਾ ਮੌਸਮ ਦਾ ਪਤਾ ਕੁਝ ਨਹੀਂ ਹੈ ਨਹੀਂ ਪਤਾ ਕੁਝ ਪਤਾ ਨਹੀਂ ਪਤਾ ਉਹਦਾ ਕਿਆ ਕਰਨਾ ਆਪਾਂ ਲੱਗੇ ਹੋਏ ਆਪਣਾ ਕੰਮ ਕਰੀ ਜਾਣਾ ਆਹ ਕਰੀ ਜਾਣਾ ਦੇਣਾ ਮਹਾਰਾਜ ਦੇ ਹੱਥ ਨੂੰ ਦੇਣਾ ਉਹਦੇ ਹੱਥ ਤੇ ਹੁਣ ਸਵੇਰ ਦੀ ਅੱਡੀ ਨਹੀਂ ਲੱਗੀ ਅੱਜ ਸਵੇਰੇ 6 ਵਜੇ ਚੱਲਦੇ ਆ ਭਾਈ ਇਹਦਾ ਕੰਮ ਚੱਲਦਾ ਸਵੇਰੇ 6 ਵਜੇ ਤੇ ਲਗਾਤਾਰ ਲਗਾਤਾਰ ਇੱਕ ਘੰਟਾ ਤੇ ਪਹਿਲੇ ਨਾਮ ਪਹਿਲਾਂ ਗੰਨਾ ਬੀਜੀ ਗਏ ਉੱਥੇ ਫਿਰ ਰੇ ਲੱਗ ਗਿਆ ਪਹਿਲੇ ਇਹ ਪੱਛੀਆਂ ਤੋਂ ਬਣ ਲਾਤਾ ਮੈਂ 12 ਘੰਟੇ ਹੋ ਜਾਂਦਾ ਰੇ ਪਾ ਕੇ ਫਿਰ ਮੈਂ ਸਵਾਗਾ ਲੱਗ ਗਿਆ ਮਾਰਨ ਤੇ ਪੱਛੀਆਂ ਲੱਗ ਗਿਆ ਫਿਰ ਵਿੱਚ ਜਿਹੜੀਆਂ ਪਿੱਛੇ ਸਵਾਗੇ ਪੱਟ ਹੁੰਦੀਆਂ ਦੀਆਂ ਹਾਂ ਉਹ ਵੀ ਇਹਨੂੰ ਮੈਂ 6 ਵਜੇ ਲਿਆਂਦਾ ਜਾਂ ਬੱਦਲ ਆਇਆ ਹਾਂ ਮਾਹਾ ਗੰਨੇ ਦੇ ਛੜ ਦਾ ਪੁੰਜਣ ਬਸ ਹਾਂ ਵੀ ਉਹ ਮੇਨ ਆ ਤਾਂ ਸਰੋਂ ਦਾ ਵੱਢ ਵੀ ਹੋ ਜਾਣੀ ਜੀ ਕੱਦੇ ਦੇ ਚ ਹੋਰ ਸਹੀ ਹੋਣਾ ਹਾਂ ਉਹਦਾ ਜ਼ਰੂਰੀ ਤਾਂ ਕਰਦੇ ਉਹ ਜ਼ਰੂਰੀ ਤਾਂ ਉਹ ਵੀ ਵੱਡੇ ਲੋ ਨਾ ਹੋਰ ਕੀ ਆਣ 12 ਵਜੇ ਤੇ ਝੱਟ ਲਾਈ ਘੰਟਾ ਕੋ ਮੋਟਰ ਤੇ ਬੈਠ ਕੇ ਆਰਾਮ ਕਰਿਆ ਬਾ ਬਾਕੀ ਤਾਂ ਸਾਰੀ ਹਾਂ ਜਿੱਦਾਂ ਬਾ ਹੁਣ ਵੱਢਣ ਨਹੀਂ ਸੀ ਸਰਈ ਆ ਹਲੇ ਮਿਸਤਰੀ ਆਉਣੇ ਵਾਲਾ ਯਾਰ ਹਾਂ ਪਰ ਉਹ ਭਰੇ ਨਹੀਂ ਅਜੇ ਅੱਜ ਹੁਣ ਉਹਨੇ ਹੁਣ ਭਰਨਾ ਕਹਿੰਦਾ ਹੁਣ ਆਉਂਦਾ ਮੈਂ ਨਾ ਜਾਨੂ ਕਾ ਗਿਣੀਆਂ ਨਾ ਲੈ ਆਈ ਤੂੰ ਨਾਲੇ ਜਿਹੜੇ ਹਿਸਾਬ ਨਾਲ ਬੱਦਲ ਹੋਈ ਜਾਂਦਾ
ਤੇ ਸਵੇਰੇ ਬਹੁਤ ਬੱਦਲ ਹੋ ਗਿਆ ਤਾਂ ਹੀ ਤਾਂ ਭੱਜੇ ਦੇ ਸਵੇਰੇ ਵੀ ਗੰਨਾ ਰਹਿ ਰਿਹਾ ਹਾਂ ਬੱਦਲ ਇੱਕੋ ਰਹਿਦਾ ਇਹਦਾ ਐਂ ਲੱਗਦਾ ਲੈ ਹੁਣ ਗਿਰਿਆ ਪਰ ਲੰਘ ਗਿਆ ਪੈਣ ਜਾ ਮੈਂ ਰੇ ਪਾਉਂਦਾ ਤਾਂ ਲੰਘ ਗਿਆ ਤਾਂ ਫਿਰ ਰੇ ਪਾਉਂਦਾ ਤਾਂ ਨਾ ਹੂੰ फली भी मोटी काले चाचे शिद्दी करके ज्यादा किलो चाचे जैसा पाओगे वैसे ही कटोगे देख लगे कुछ नहीं जब बढ़ दे फिर पता लगता है ना चाचा भी बहुत झट मरा के गए कल गन्ना बीजा मेहनत बाहर ला ला बाहर दरख्तों लड़क बाहर बस आप देखता जे तेना रेट सही कर लिया तदा ठीक आ नहीं तीन बंदे दिहाड़ी पर रखने दो जने असी लग जाना रेट यार बहुत मूह पता क्या चक्कर अच भी रेट यार अपने बंदे बहुत बिगाड़न लग गए बी उपर दे उपर चक्की जाने कुछ ज्यादा ही चक्कर लिया काम 600 रुपया मांगदे आ भाई ठीक है साडे कोल कीला जगह विच आ विच उथे हां साडे के चार साडे के 3-4 बीघे जगह होना चार तीन साडे तीन बीघे रख ला जा हां पौने चार रख ला चार बीघे जगह रख ला जा दूजे सवा दो बीघे आ भी होई हले पता नहीं किन्नी है ठीक है 5000 रुपया बन जाना 6000 रुपया ਉਹੀ ਬਚਤ ਹੋ ਜਾਣੀ ਸਾਡਾ 1000 ਰੁਪਿਆ ਲੱਗਣਾ ਹੈ 1000 ਵੀ 2000 ਲੱਗ ਜੂਗਾ ਤਿੰਨ ਦਾ ਫੇਰ ਬਚਦਾ ਹੈ ਚਲ 2 ਲਾ ਲਾ ਵਿੱਚੇ ਉਹਦੀ ਦਿਹਾੜੀ ਲਾ ਲਾ ਵਿੱਚੇ ਤੁਸੀਂ ਆਪਣਾ ਤੇਲ ਪਾਣੀ ਲਾ ਲਾ ਚੱਲ ਤੂੰ ਫੇਰ ਵੀ ਚੱਲ ਬੰਦਾ ਉਹ ਤਾਂ ਜੋੜ ਪੈ ਕੇ ਸਾਰ ਦੇਣਾ ਉਹ ਉਹਦਾ ਤੇਰੀ ਗੱਲ ਠੀਕ ਆ ਮੈਂ ਤੈਨੂੰ ਉਹ ਗੱਲ ਕਰਦਾ ਠੀਕ ਹੈ ਜੀ ਸਾਡੀ 4 ਕੁਇੰਟਲ ਸਰੋਂ ਨਿਕਲਣੀਆਂ 6 ਮੰਨ ਕੇ ਚੱਲ 6 दुकाना लाई बैठे अपनी दाल मेथे पिछले 2 साल की गल है ना बापू 5000 रुपए क्विंटल लगे थे जिदन बीज पाया था असि ठीक है किन्ना बीज था 10 किलो 8 किलो 10 किलो 2000 का बीज आया था ओदा हां मेथियां दा बल्ले 2000 दा किन्ना पे 10 किलो 50 किलो नु बैठे वादा ना ज्यादा 1500 रख लेना
ਤਿਆਰ ਤਾਂ ਇਹੀ ਹੋਣਾ ਕੋਈ ਸੋਧਣਾ ਉਹਨਾਂ ਨੇ ਕੁਝ ਕਰਨਾ ਨਹੀਂ ਸੋਧਣਾ ਵੀ ਕਿਆ ਯਾਰ 1500 ਰੁਪਏ ਦਾ ਕਿਲੋ ਵੀ ਹਾਂ ਕੁਆਂਟਲ ਦੇਖ ਲਓ 1.5 ਲੱਖ ਰੁਪਏ ਹੋ ਗਈ ਡੇਢ ਦੀ ਹੋਈ ਆ ਅਗਰ ਮੇਰੇ ਹਿਸਾਬ ਗਲਤ ਦੇਣ ਲੱਗ ਗਿਆ ਮੈਂ ਹੈ ਵੀ ਅਨਪੜ ਡੇਢ ਦੀ ਹੋਵੇ ਲਾ ਕੇ ਦੇਖ ਲਿਓ ਕਿਤੇ ਕੱਲ ਨਾ ਚੱਲ ਤੂੰ ਆ ਮੇਰੀ ਗੱਲ ਸੁਣ ਤੂੰ 100 ਰੁਪਏ 1000 ਰੁਪਏ ਬੀਜ ਹੋਇਆ ਕਿਲੋ ਦਾ 1000 ਦਾ ਲੱਖ ਰੁਪਏ ਦਾ ਕੁਆਂਟਲ ਦਾ 1500 ਦਾ 1.5 ਲੱਖ ਰੁਪਏ ਹੁਣ ਜਾੜੀ ਜਾਣੀ ਆ ਇਹ 5000 ਚਲ ਜਾਵੇ ਵਧੀਆ 5000 ਨੂੰ ਅਸੀਂ ਕਹਿੰਦੇ ਬਹੁਤ ਵਧੀਆ ਅਸੀਂ ਦੇਖ ਲਾ ਵਜਨ ਦੇਖਣ ਉਹਨਾਂ ਨੇ ਦੇਖਣੀ ਆ ਚੋ ਸਾਡੀ ਘੱਟੇ ਨਿਕਲੇ ਬਸ ਨਿਕਲ ਹੋ ਆਵੇ ਹਨਾ ਵੀ ਆ ਜਾਵੇ ਬਸ ਬੀਜ ਤਿਆਰ ਤਾਂ ਚਾਚੇ ਐਂ ਕਰਦੇ ਆ ਉਹ ਕਿਹੜੇ ਕਿਤੇ ਉੱਪਰ ਦੇ ਗੇਰ ਕੇ ਲਿਆਉਂਦੇ ਬੀਜ ਤਿਆਰ ਤਾਂ ਉਹ ਆਪਣੇ ਖੇਤਾਂ 'ਚ ਕਰ ਲੈਂਦੇ ਹੋਣੇ ਚੋ ਸਾਡੇ ਵਾਲੇ ਬੀਜ ਰੱਖ ਲੈਣ ਬਾਪੂ 3 ਕਿਲੋ ਦੀ ਥੈਲੀ ਆਉਂਦੀ 1200 ਦੀ ਹਾਈਬ੍ਰਿਡ ਦੀ ਮਰਦਾ ਬਸ ਜ਼ਿਮੀਦਾਰ ਹੈ ਜਿੱਦਾਂ ਮਰਜ਼ੀ ਘੁੰਮ ਕੇ ਆ ਜਾਓ ਅਸੀਂ ਇੰਨੀ ਇੰਨੀ ਮਹਿੰਗੀਆਂ ਲੈ ਕੇ ਚੀਜ਼ਾਂ ਬੀਜਦੇ ਹਾਂ ਵੀ ਚੱਲ ਝਾੜ ਵਧੀਆ ਆਊਗਾ ਇਹ ਹੋਊਗਾ ਵੀ ਭਾਈ ਤੇ ਲੋਕਾਂ ਨੂੰ ਹੁਣ ਚੱਲ ਜਿਹੜਾ ਆਪਾਂ ਦੇ ਬੰਦਾ ਸਿੱਧੀ ਸਰੋਂ ਖਰੀਦ ਲਵੇ ਚੋ 5000 ਨੂੰ ਇਹ ਖਰੀਦ ਲਵੇ ਉਹਦਾ ਤੇਲ ਵਧੀਆ ਨਿਕਲ ਜਾਵੇ ਉਹਨੂੰ ਹੋਰ ਕਿਆ ਚਾਹੀਦਾ ਐਕਣਾ ਕੋਈ ਖਰੀਦਦਾ ਨੀ ਜਮਾ ਨੀ ਕਰਕੇ ਰੱਖ ਸਕਦਾ ਹੋਰ ਕਿੱਥੇ ਰੱਖ ਲੂ ਉਹ ਇੱਕ ਹੋਰ ਆ ਨਾ ਹੁਣ ਜਿਹੜਾ ਏਦਾਂ ਦਾ ਆਪਾਂ ਖਰਚਾ ਲਾ ਲਾ ਤੂੰ ਜਿਹੜਾ ਤੇਲ ਪਾਣੀ ਫੂਕਿਆ ਹੁਣ ਗੰਨੇ ਪਰ ਇਹ ਸਮਝ ਸਰੋਂ ਨੇ ਫੂਕ ਦੇਣਾ ਸਰੋਂ ਨੇ ਚੱਕ ਦੇਣਾ ਅਸੀਂ ਤਾਂ ਵੇਚ ਦਿੰਦੇ ਹਾਂ ਜਿਹੜਾ ਗੰਨੇ ਦਾ ਆਉਣਾ ਉਹ ਘਰਾਂ ਲਾ ਦੇਣਾ ਆਈ ਚੱਲਦੀ ਆਈ ਚਲਾਈ ਐਂ ਤਾਂ ਹੈ ਨੀ ਵੀ ਤੂੰ ਸਰੋਂ ਜਮ੍ਹਾਂ ਕਰਕੇ ਰੱਖ ਲੂੰਗਾ ਹਾਂ ਕਹਿਣਾ ਸੌਖਾ ਜੀਵ ਨਿਕਲ ਜਾਂਦੀ 5000 ਰੁਪਏ ਦਾ ਡੀਜ਼ਲ ਲੱਗ ਗਿਆ ਮੇਰਾ 2 ਕਿੱਲਿਆਂ 6000 ਦਾ ਬਜਾਈ ਦਾ ਹੈ ਭਈਆਂ ਦੇ ਲਾ ਲੈ ਮਾੜੇ ਕੰਮ ਮਾੜੇ ਬੰਦੇ 4800 8600 ਰੁਪਇਆ 2 ਕਿੱਲਿਆਂ ਦਾ ਭਈਆਂ ਦਾ ਅੱਜ ਕੱਲ ਦਾ ਬਣਿਆ 8600 ਹੋ ਗਿਆ 5000 ਦਾ ਹਾਂ ਆਹ ਹੋ ਗਿਆ ਆਪਣਾ ਕਿਹਾ 6000 ਦਾ ਡੀਜ਼ਲ 86 6 14000 ਮੋਟਾ ਜਿਹਾ ਹਿਸਾਬ 14500 ਤੇ ਉੱਪਰ ਬਣ ਗਿਆ ਫਿਰ ਜਿਹੜਾ ਬੀਜ ਪਾਇਆ ਉਹਦਾ ਜਿਵੇਂ ਮੁੱਲ ਲੈ ਕੇ ਉਹ ਐਂ ਰੱਖ ਲੈ ਵੀ ਤੂੰ 20000 ਰੁਪਏ ਦਾ ਬੀਜ ਪੈ ਗਿਆ ਹੁਣ 20 ਦਾ ਉਹ 35 ਦਾ 35 ਲਾ ਲਾ ਹੈ 35000 35000 ਰੁਪਇਆ ਹੁਣ ਬਜਾਈ ਪਰ ਉਹਦਾ ਗੰਨੇ ਦਾ ਕਿੱਲੇ ਦਾ ਖਰਚਾ ਆ ਲਿਆ ਉਹ ਦੇਣਾ ਕਿੱਥੇ ਦੇ ਦੇਣਾ ਕਿੱਥੇ ਦੇ ਆ ਆਹੀ ਆ ਵੀ ਸਰੋਂ ਵੇਚ ਲਈ ਭਾਈ ਆ ਵੇਚ ਲਿਆ ਚਾਚੇ ਚੱਲ ਜਬੀ ਚ ਥੋੜੀ ਬਹੁਤੀ ਹੋ ਗਈ ਲੇਟ ਕੋਈ ਨੀ ਪਰ ਐਂ ਵੀ ਦੇਖ ਲਾ ਜਿਹੜਾ ਖਰਚਾ ਵੀ ਭਾਈ ਬਚ ਗਿਆ ਬੀਜ ਮਿਲ ਗਿਆ ਤੂੰ ਇੱਥੇ ਨਹੀਂ ਬੀਜ ਦਾ ਬੜਾ ਗਾਹ ਪੈਣਾ ਸਵਾ ਹਾਂ ਇਹ ਵੀ ਹੈ ਬੀਜ ਘਟ ਗਿਆ ਸਾਡਾ ਉੱਥੇ ਪੈਣੇ ਕਰਕੇ ਚੱਲ ਦੇਖਦੇ ਆ ਬਾਕੀ ਹਲੇ ਟਰੈਕਟਰ ਚੈੱਕ ਕਰਨਾ ਉਧਰ ਨਹੀਂ ਟਾਈਮ ਲੱਗਦਾ ਹਾਂ ਉਹ ਲਾਗੇ ਨਹੀਂ ਦੇਖਿਆ ਚਲਾ ਕੇ ਚੱਲ ਸਰੋਂ ਪਰੇ ਦੇਖਾਂਗੇ ਹੁਣ ਜਿਹੜਾ ਬਾਕੀ ਦੇਖਣਾ ਹਲੇ ਉਹਨੂੰ ਚੱਕਰ ਚੱਲ ਮਾਸੜ ਵਾਲੀ ਸਰੋਂ ਪਰ ਦੇਖਾਂਗੇ ਕੀ ਹੋਇਆ ਤਾਂ ਹੁਣ ਉਹਨੂੰ ਚੱਕਰਾਂ ਦੇ ਜਿਆਦਾ ਨਾ ਮਾਸੜ ਵਾਲੀ ਸਰੋਂ ਪਰ ਮਾਸੜ ਕਹਿੰਦਾ ਮੈਂ ਸਰੋਂ ਲਾਦਰਮਾ ਫਿਰ ਦੇਖਦੇ ਕਿਹੜਾ ਪਾ ਕੇ ਜਿਹੜਾ ਕਿੱਥੇ ਪੈਣਾ ਜੀ ਆ ਗਿਆ ਇੱਥੇ ਮਿਸਤਰੀ ਇੰਨੀ ਫਾਂਟ ਆਈ ਆ ਬਾਈ ਥੱਬਾ ਹੀ ਥੱਬਾ ਚਮਕਦਾ ਖੜੀ ਓ ਸੋਹਣੀ ਲਾਦੀ ਹੈ ਮੈਂ ਖੜੀ ਓ ਐਂ ਲਾਦੀ ਵੀ ਸਿੱਧੀ ਸਿੱਧੀ ਜੀ ਹੋਊਗੀ ਆਏ ਆ ਲੈਣਾ ਕਹਿੰਦੇ ਕਹਿ ਆਹ ਸੱਬਾ ਕਿੱਥੇ ਕਿੱਥੇ ਦੀ ਆ ਸਾਰੇ ਉਹ ਦੇਖ ਲੋ ਸੱਬਾ ਕਹਿੰਦਾ ਗਿੱਠ ਗਿੱਠ ਦੀ ਮੈਂ ਦੇਖੋ ਇਹ ਹਾਂ ਇਹ ਬੰਦੇ ਦੀ ਲਵਾਈ ਨਾ ਦੇਖੋ ਤੇ ਗੁਣ ਦੇਖੋ ਚਾਹੇ ਸਾਲਾ ਗਿੱਠ ਦਾ ਹੀ ਹੈ ਮਾਸੜ ਦੀ ਕਿੰਨੀ ਕੁ ਇੱਕ ਟਰਾਲੇ ਜਾ ਜੂ ਜਿਹੜਾ ਸਾਹ ਨਾ ਮਾਸੜ ਤਵਾਈ ਕਰਦਾ ਪਰ ਉਹਨੇ ਥਰੈਸਰ ਵਾਲਾ ਕੰਮ ਤਾਂ ਉੱਥੇ ਕਰ ਲੈਣਾ ਹਾਂ ਮਾੜੀ
ਸਰੋਂ ਇੰਨੀ ਥਰੈਸ਼ਰ ਨਾਲ ਨਹੀਂ ਨਿਕਲਦੀ ਜਿੰਨੀ ਥੱਲੇ ਝੜ ਜਾਂਦੀ ਹੈ।